ਅਕਾਲ ਜੀ ਬਾਈ ਸਾਰਿਆਂ ਨੂੰ ਜੀ। ਸਤਿ ਅਕਾਲ ਜੀ। ਪਹੁੰਚੇ ਹੋਏ ਬਾਈ ਵੇਲੇ, ਕੱਲ ਲਿਆਂਦੀ ਸੀ ਆਪਾਂ ਲਾਈਟਾਂ ਦਿਖਾਤੀਆਂ ਤੁਹਾਨੂੰ, ਅਤੇ ਅੱਜ ਫਿਟਿੰਗ ਕਰਾਉਣ ਆ ਫਿਟਿੰਗ ਕਰਾਈ ਆ, ਮੂਹਰੇ ਦੋ ਲਵਾ ਦਿੱਤੀਆਂ, ਹੁਣ ਪਿੱਛਾ ਲਾਉਣ ਲੱਗਿਆ ਵਾ। ਪਿੱਛੇ ਆਹ ਲੈ ਪਿੱਛਾ ਲਿਆਂਦੀ ਆ, ਉੱਧਰ ਲਾਉਣੀ ਆ। ਪਹਿਲਾਂ ਜੱਗਾ ਕਹਿੰਦਾ ਉਹ ਨਾ ਡਾਲ ਕੇ ਸਪੀਕਰ ਖੋਲ੍ਹਣੇ ਪੈਣੇ, ਤੁਰੇ ਲੋਟ ਆ ਚੰਦ ਨਹੀਂ ਦੇਖਣਾ ਚਾਹੀਦਾ ਪਿੱਛਾ। ਬਾਕੀ ਤੋਂ ਮੂਹਰੇ ਲਵਾ ਦਿੱਤੀ ਆ, ਇੱਕ ਸਾਨੂੰ ਉਹ ਨਹੀਂ ਮਿਲਦੀਆਂ ਬਾਈ, ਇਹਦੇ ਤੇਰੇ ਮੁਰੇ ਵਾਲੀ ਲਾਈਟਾਂ ਦੀਆਂ ਹੈੱਡ ਲਾਈਟ ਦੀਆਂ ਸ਼ੀਸ਼ੇ ਨਹੀਂ ਮਿਲਦੇ। ਚੈੱਕ ਲਾਉਣਾ ਜੇ ਚਮਕੌਰਾ ਪਤਾ ਕਰਕੇ ਆਇਆ, ਬਹੁਤ ਵਧੀਆ ਕਰ ਦਿੰਦੇ। ਅੱਛਾ, ਅਸੀਂ ਮਾੜਾ ਜਿਹਾ ਉੱਥੇ ਜਾ ਕੇ ਆਉਣਾ ਹੈਡੋਮੇਟ ਹੁਣ, ਹੈਡੋਮੇਟ ਜਾਇਓ। ਹਾਂ ਅਸੀਂ ਹੁਣ ਜਾਇਆ, ਤੂੰ ਚਮਕੌਰ ਸਾਹਿਬ ਨੂੰ ਲੈ ਚੱਲ। ਚਮਕੌਰ ਸਾਹਿਬ ਉਰੇ ਨਹੀਂ ਕਰਾਉਣਾ, ਉਹ ਤਾਂ ਕਰਾ ਲੈਣਾ। ਕਿਆ ਪਹੁੰਚਿਆ ਹੋਇਆ ਬਾਈ, ਇੱਕ ਬੰਦਾ ਸਾਡੇ ਨਾਲ ਵੀ ਪਹੁੰਚਿਆ ਹੋਇਆ। ਸਤਿ ਸ੍ਰੀ ਅਕਾਲ ਜੀ। ਹਾਂਜੀ ਠੀਕ ਆ ਜੀ, ਕਿਵੇਂ ਆ? ਕਿਵੇਂ ਹੁੰਦਾ? ਬਸ ਇੱਧਰ ਆਹ ਸ਼ੀਸ਼ੇ ਨਹੀਂ ਮਿਲੇ ਬਾਈ, ਨਾ ਲਾਤੀਆਂ ਵੈਂਪਰ ਐਲ ਈ ਡੀ ਆ ਬਾਈ ਇਹ। ਬਾਕੀ ਦਾ ਚਾਨਣਾ ਚੂਨਣਾ ਦਾ ਹਨੇਰਾ ਹੋਏ ਤੇ ਦੇਖੋ, ਨਹੀਂ ਅੰਦਰ ਵਾੜ ਲਓ, ਨਹੀਂ ਚਾਨਣਾ ਨਹੀਂ ਦੇਖਣਾ। ਅੰਦਰ ਵਾੜ ਲਈਏ ਆਹ ਸ਼ੀਸ਼ੇ ਜੇ ਹੋਣੇ ਬਾਈ, ਇਹ ਸਾਫ਼ ਤਾਂ ਹੋਣੇ ਨਹੀਂ, ਸਾਫ਼ ਹੋ ਜਾਣੇ। ਇਹ ਤਾਂ ਖਿਲਾ ਲਿਓ ਇਹਨਾਂ ਨੂੰ, ਇਹਨੂੰ ਉੱਪਰ ਲਾ ਦੇ, ਉੱਪਰ ਲਾ ਦੇ। ਕਵਰ ਤਾਂ ਨਵੇਂ ਮਿਲ ਜਾਣੇ ਜੱਗੇ, ਹੈਂ ਮਿਲ ਜੂਗੇ ਛੇਕ ਚ ਹੁੰਦੇ ਆ ਕਵਰ, ਲਾਈਟਾਂ ਦੇ ਨਾਲ ਵੀ ਕਵਰ ਵੀ ਆਉਂਦੇ ਆ ਮਿਲੇ ਨਹੀਂ, ਸ਼ੀਸ਼ਾ ਫੁੱਟ ਜਾਂਦਾ, ਸ਼ੀਸ਼ੇ ਹੋਰ ਤਰ੍ਹਾਂ ਦੇ ਆਉਂਦੇ ਆ, ਇਹ ਸ਼ੀਸ਼ਾ ਨਹੀਂ ਮਿਲਦਾ ਇਹਦੇ ਨਾਲ। ਇਹ ਕਾਟਾ ਮੈਂ ਸਮਝ ਗਿਆ, ਇਹ ਆਹ ਸਾਈਡਾਂ ਵੀ ਬੜਦੀਆਂ ਇਹਦੀਆਂ, ਲਾਈਟਾਂ ਇੰਨੀ ਸੋਹਣੀ ਬੜ ਦਿਖਦੀ ਆ ਤੂੰ ਉੱਤੇ ਐਲ ਈ ਡੀ ਦੇਖ ਲੂੰਗੇ ਉੱਥੇ। ਹਾਂ ਚਾਨਣਾ ਘੱਟਤਾ ਵਾ ਵੀ ਬਹੁਤ, ਜਾਂ ਮਿਲ ਮੁੱਲ ਨੂੰ ਜਾਂਦੇ ਆ ਨਾ, ਤੁਹਾਨੂੰ ਪਤਾ ਹਨੇਰਾ ਜਿਹਾ ਹੋ ਜਾਂਦਾ, ਇਹ ਘੱਟ ਪੈਣ ਲੱਗ ਗਿਆ। ਪਿਛਲੇ ਸਾਲ ਤਾਂ ਸੋਹਣੀਆਂ ਬੜੀ ਵੀ ਗਈਆਂ, ਇੱਕ ਦੀ ਤਾਂ ਜਮਾਂ ਹੀ ਠੱਪ ਆ ਕੰਮ ਲਾਤੀਆਂ ਹੁਣ, ਹੈਂ ਹੁਣ ਚੱਕਤਾ। ਹਾਂ ਹੁਣ ਚੱਕਤਾ ਕੰਮ, ਬਾਕੀ ਹੁਣ ਟਾਇਰ ਹੋ ਗਏ ਗੰਜੇ, ਇਹ ਵੀ ਪਾਉਣੇ ਆਪਾਂ ਨੇ, ਟਾਇਰ ਘੱਟ ਗਏ ਪਿਛਲੇ, ਹੁਣ ਟਰੈਕਟਰੇ ਘੱਟ ਗਿਆ, ਟਰੈਕਟਰੇ ਬਦਲ ਲਿਆ ਲੈ ਹੁਣ ਤੇ ਲਿਆਂਦਾ ਟਾਇਰਾਂ ਨੂੰ, ਕਿਹਾ ਹੋ ਗਿਆ ਤਾਂ ਚਲਾ, ਮੈਂ ਕਿਹਾ ਚਲਾ ਲਾ ਸਾਲੇ ਨੂੰ, ਅੱਧੇ ਦੱਸਦਾ ਹਾਲੇ ਚਲਾ ਲਾ ਚੱਲ ਘੱਟ ਗਿਆ ਮਾਰੀ ਜਾਂਦਾ ਬਾਹਰਲੀ ਸਾਈਡ ਲੱਗੂਗੀ ਹੁਣ। ਚਲੋ ਮਹਾਰਾਜ ਜੀ ਫਿਰ ਅੱਗੇ ਵੀ ਜਾਈਏ, ਚੱਲੀਏ ਅੱਗੇ ਵਾਲਾ ਕੰਮ ਵੀ ਨਿਬੇੜੀਏ, ਤਿੰਨ ਚਾਰ ਦਿਨ ਹੋ ਗਏ ਗੇੜੇ ਮਾਰਦੇ, ਉਹ ਜੀ ਫਤਿਹ ਕਰਾਈ, ਫਤਿਹ ਕਰੀ ਸਾਈ ਸਾਪਾ ਦਾ ਹੋਇਆ ਉਹਦਾ ਬਾਈ ਨਾਲ। ਹਾਂ ਸਾਈ ਪੱਕਾ ਕੰਮ ਕਰੇ, ਪੱਕਾ ਕੰਮ ਕਰੇ, ਨਿਬੇੜੀ ਬਾਈ ਨਿਬੇੜੀ, ਆਪਣਾ ਫਿਰ ਬਣਾ ਦੂੰਗਾ, ਅਗਲਾ ਬਣਾ ਦੂੰਗਾ, ਫਿਰ ਆਪਾਂ ਟੈਨਸ਼ਨ ਨਹੀਂ ਹੋਣੀ, ਘੁੰਮ ਸਾਈ ਤਾਂ ਹੋਈ ਹੋਈ ਆ, ਅੱਜ ਪੇਮੈਂਟ ਦੇ ਆਈਏ, ਪੇਮੈਂਟ ਦੇ ਆਈਏ।
ਚੱਲੀ ਆ ਨਾ ਪ੍ਰਧਾਨ ਯਾਦ ਕਰਦਾ ਤੈਨੂੰ ਚਮਕੌਰ ਸਾਹਿਬ ਵਾਲਾ ਕਹਿੰਦਾ ਤਵੀਆਂ ਦਵਾ ਮੈਨੂੰ ਕਹਿੰਦਾ ਨਗਾਰੇ ਵਾਲਾ ਬਾਬਾ ਨੀ ਆਇਆ ਮੈਂ ਨਗਾਰੇ ਵਾਲਾ ਕਿੱਥੇ ਲੈਣੀਆਂ ਤਵੀਆਂ ਨਹੀਂ ਕਹਿੰਦਾ ਟਰਾਲੀ ਦਿੱਤੀ ਸਾਨੂੰ ਕਹਿੰਦਾ ਅੱਜ ਤਿਆਰ ਹੋਣੇ ਕਿੱਧਰ ਗਿਆ ਮੁੰਡਾ ਕਿਆ ਹਾਲ ਆ ਜੀ ਦੂਰ ਅੰਬਰਸਰ ਦੇ ਨੇੜੇ ਹੀ ਤਾਂ ਲੈ ਕੇ ਵੀ ਉੱਥੇ ਤੇ ਆਏ ਤੇ ਚਾਰ ਹਫਤੇ ਪਹਿਲਾਂ ਤਿੰਨ ਹਫਤੇ ਮਹੀਨਾ ਮਹੀਨਾ ਹੀ ਲੱਗ ਗਿਆ ਸਮਝ ਲਓ ਕੰਮ ਵੀ ਸਾਰਾ ਕਰਿਆ ਉਹਦਾ ਕੰਮ ਸਾਰਾ ਤਾਂ ਫੈਲਟੀ ਨਹੀਂ ਇਹਦੇ ਨਾਲ ਤੇ ਹੀ ਬੜਾ ਕੰਮ ਤਾਂ ਨਾ ਇਹਦੇ ਨਾਲ ਤਾਂ ਬਹੁਤ ਬੜਾ ਕੰਮ ਇਹ ਜਗ੍ਹਾ ਆਪਣੀ ਛੱਡੀ ਹੋਈ ਤੁਸੀਂ ਮੁਰੇ ਦੁਕਾਨ ਦੀ ਕਿ ਬਾਕੀ ਲੱਗ ਰਹੇ ਆ ਇਹ ਕਿੰਨੇ ਇੰਚੀ ਚ ਪਾਏ ਆ ਬੇਸਾਂ 15 ਇੰਚੀ ਉਹ ਵੀ ਉਧਰ ਵੀ ਤਾਂ ਲਾਇਆ ਬਾਕੀ ਇਧਰ ਆਇਆ ਹੋਇਆ ਇੱਕ ਛੱਤੀ ਤੀ ਡਾਊਨ ਸੀਲਿੰਗ ਕਰੀ ਹੋਈ ਹੁਣ ਲਾਈਟਾਂ ਮੂਹਰੇ ਫਰੰਟ ਤੇ ਪਿੱਛੇ ਚੇਂਜ ਕਰਾ ਦਈਏ ਬਾਕੀ ਪਿੱਛੇ ਲੱਗ ਜਾਣੇ ਹੋਰਨ ਨਹੀਂ ਹੈ ਹੋਰਨ ਛੋਟਾ ਤਾਂ ਹੁਣ ਹੋਰਨ ਵੀ ਲਿਆਂਦੇ ਆਪਾਂ ਨੇ ਕੱਲ ਹੋਰਨ ਵੀ ਲਾ ਲੈਣੇ ਬੜੇ ਕਿਆ ਮੀਟਿੰਗ ਚੱਲਦੀ ਆ ਸਰਪੰਚ ਦੀ ਮੀਟਿੰਗ ਚੱਲਦੀ ਮੈਨੂੰ ਲੱਗਦਾ ਗੁਪਤੀ ਕਰਦੀਆਂ ਤਾਂ ਇੱਕ ਚਾਂਡੀ ਦੀਪ ਦੀ ਪਾਲਣੀ ਗੱਲ ਸੁਣਾ 10 ਵੋਟਾਂ ਪੈ ਗਈਆਂ ਉਹੀ ਸਰਪੰਚ ਮੈਨੂੰ ਪੈ ਗਈਆਂ ਜਿਹੜੇ ਸਰਪੰਚ ਨੇ ਜਿੱਤ ਕੇ ਸਮਝੋ ਹਾਰ ਗਿਆ ਤੈਨੂੰ ਪੈ ਗਿਆ ਤੂੰ ਹੋਰ ਨੂੰ ਦੇ ਦੀ ਮੈਂ ਕਾਕੂ ਨੂੰ ਦੇ ਦੇਣੀ ਹੋਰ ਨੂੰ ਦੇ ਦੀ
ਸੇਵਾ ਕਰੋ ਮਾਰੇ ਕੋ ਲਿਖਦਾ ਹੋਊਗੀ ਲੇਖਾ ਜੋਖਾ ਤਾਂ ਮਾੜਾ ਮੋਟਾ ਕੱਟੂਗਾ ਜੀ ਪਾਪਾਂ ਦਾ ਸਰਪੰਚੀ ਮੈਂ ਚੱਪਲ ਫਿਰਦੀ ਆ ਲੋ ਜੀ ਬਾਈ ਤੇ ਆਪਾਂ ਵੇਲੇ ਤੋਂ ਬਾਅਦ ਪਹੁੰਚ ਗਏ ਜੀ ਮਾਛੂਵਾੜਾ ਸਾਹਿਬ ਡੌਨ ਬਾਈ ਵੀ ਨਾਲ ਆ ਤੇ ਬਾਕੀ ਬਾਈ ਵੀ ਇੱਧਰ ਨਾਲ ਪਹੁੰਚ ਤੇ ਬਾਈ ਦੀ ਮੋਟਰ ਹੈ ਤੇ ਬਜੀਤ ਭਰਦਾ ਬਾਈ ਫਤਿਹਗੜ੍ਹ ਸਾਹਿਬ ਕੋਲ ਬਾਈ ਤੇ ਬਾਈ ਆਪਾਂ ਨੂੰ ਪਹਿਲਾਂ ਫੋਨ ਕਰੀ ਜਾਂਦਾ ਹੁੰਦਾ ਤਾਂ ਤੇ ਬਾਈ ਦਾ ਨੰਬਰ ਨਿਕਲ ਗਿਆ ਤਾਂ ਤੇ ਬਾਕੀ ਅੱਜ ਅਸੀਂ ਪੁੱਛ ਗਿੱਛ ਕੇ ਪਹੁੰਚ ਗਏ ਬਾਈ ਦੀ ਮੋਟਰ ਤੇ ਫਾਰਮ ਤੇ ਹਾਂ ਫਾਰਮ ਆ ਬਾਈ ਤੇ ਬਾਕੀ ਜ਼ਮੀਨ ਦਿਖਾਉਣੇ ਆ ਟਾਕਾ ਬਾਈ ਇਕੱਠਾ ਹਾਂਜੀ ਹਾਂਜੀ ਦਿਖਾਉਣੇ ਬਾਕੀ ਤੁਹਾਨੂੰ ਬੈਕ ਕੈਮਰੇ ਨਾਲ ਬਾਈ ਕਿੰਨੇ ਸਾਲ ਹੋ ਗਏ ਲੱਗੇ ਪੰਜ ਸਾਲ ਪੂਰੇ ਅਸੀਂ ਪੁੱਛ ਗਿੱਛ ਕੇ ਆਏ ਬਾਈ ਦਾ ਨਾਮ ਹੀ ਬਾਈ ਕਹਿੰਦਾ ਵੀ ਜੱਗਾ ਬਾਈ ਕਹਿੰਦਾ ਵੀ ਨੰਬਰ ਮੇਰੇ ਕੋਲ ਹੈਗਾ ਵੀ ਹੁਣ ਨਿਕਲ ਗਿਆ ਕਹਿੰਦਾ ਵੀ ਹੁਣ ਅਸੀਂ ਤਿੰਨ ਚਾਰ ਥਾਂ ਪੁੱਛ ਗਿੱਛ ਕੇ ਇੱਕ ਤਾਂ ਅਸੀਂ 8 ਕਿਲੋਮੀਟਰ ਅੱਗੇ ਲਾਂਗੇ ਇੱਕ ਬਾਈ ਨੂੰ ਜਿਹਨੂੰ ਪੁੱਛਿਆ ਉਹ ਵੀਡੀਓ ਦੇਖਦਾ ਤਾਂ ਸਾਡੀ ਵੀਡੀਓ ਦੇਖਦੇ ਇਹਨੂੰ ਬਾਈ ਫਿਰ ਉਹ ਸਾਨੂੰ ਸਿਰੇ ਛੱਡ ਕੇ ਗਿਆ ਉਹਨੂੰ ਐ ਸਮਝਾਇਆ ਉਹਨੂੰ ਪਤਾ ਲੱਗਿਆ ਸੀ ਉਹਨੂੰ ਐ ਕਿਹਾ ਤਾਂ ਬਾਈ ਵੀ ਕੰਡਾਦਾਰ ਚਾਰੇ ਪਾਸੇ ਜ਼ਮੀਨ ਨੂੰ ਲੱਗੀ ਹੋਈ ਆ ਵੀ ਇੰਨੀ ਕੁ ਜ਼ਮੀਨ ਆ ਹੈ ਜੈਲਦਾਰਾਂ ਦੀ ਫਿਰ ਉਹਦੇ ਬਾਅਦ ਅਸੀਂ ਉਰੇ ਹਾਕਾ ਮਾਰੇ ਚ ਦੇਖਿਆ ਮੈਂ ਕਈ ਵਾਰ ਬੰਦਾ ਸੁੱਤਾ ਜੇ ਮੈਂ ਹਾਕਾ ਮਾਰੇ ਵਾ ਬਾਈ ਇੰਨੀ ਫਿਰ ਉਹਦੇ ਬਾਅਦ ਮੈਂ ਗਰਮੀ ਲੱਗੀ ਮੈਂ ਆਪਣੇ ਵੇਲੇ ਕੱਪੜੇ ਖੋਲਦੇ ਮੈਂ ਨਹਾ ਬਾਈ ਨਾ ਉਹਨੂੰ ਕਿ ਜਾਣਾ ਸੀ ਦੇਖਿਆ ਜੱਗਾ ਕਹਿੰਦਾ ਵੀ ਉਹ ਆ ਗਿਆ ਬਾਈ ਬਾਈ ਆ ਗਿਆ ਮੈਂ ਉੱਧਰ ਗਿਆ ਸੀ ਬਾਈ ਦਾ ਨਾਮ ਹਰਜਿੰਦਰ ਸਿੰਘ ਆ ਪਿੰਡ ਬਾਈ ਵਜੀਤਪੁਰ ਫਤਿਹਗੜ੍ਹ ਸਾਹਿਬ ਕੋਲ ਹਨਾ ਤੇ ਬਾਈ ਕਿੰਨੀ ਜ਼ਮੀਨ ਆ ਜੀ ਬਾਈ ਦੀ ਉਰੇ ਜੀ 40 ਕਿੱਲੇ 40 ਕਿੱਲੇ ਕਿੰਨੀਆਂ ਮੋਟਰਾਂ ਜੀ ਹੈ ਮੋਟਰਾਂ ਕਿੰਨੀਆਂ ਬਾਈ 4 ਠੇਕੇ ਪਰ ਜ਼ਮੀਨ ਆ ਬਾਈ ਤੇ ਆ ਜੀਰੀ ਆ ਤੇ 26 ਜੀਰੀ ਲੱਗੀ ਹੋਈ ਸਾਰੀ 26 ਆ ਜੀ ਸਾਰੀ ਉਹ ਸਾਰੀ 40 ਕਿੱਲੇ ਮਾ ਸਪਰੇ ਸ਼ੁਰੂ ਕਰਤੀ ਸਾਰਾ ਕੁਝ ਓਕੇ ਆ ਜੀ ਹੈ ਬਾ ਇਤੇ ਬਾਅਦ ਆਲੂ ਇਤੇ ਬਾਅਦ ਹੀ ਹਾਂ ਆਲੂ ਕਿਹੜਾ ਲਾਉਣੇ ਕਿਹੜਾ ਆਲੂ ਲਾਉਣੇ ਜੀ ਐਲਆਰ ਐਲਆਰ ਡਾਇਮੰਡ ਵੀ ਲਾਉਣਾ ਡਾਇਮੰਡ ਵਾਲੇ ਕੰਪਨੀ ਵਾਲਾ ਲਾਉਣੇ ਹਨਾ ਜੀ ਕੰਪਨੀ ਵਾਲਾ ਲਾਉਣਾ ਜਿਆਦਾ ਵਿਕਦਾ ਕੰਪਨੀ ਚ ਨਾ ਕੰਪਨੀ ਹਾਂ ਉਹੀ ਚੱਲਦਾ ਹਨਾ ਜੀ ਬਾਕੀ ਫੇਰ ਆਵਾਂਗੇ ਬਾਈ ਨੂੰ ਮਿਲੂਗੇ ਅੱਤਾ ਬਾਈ ਪਿੰਡ ਗਿਆ ਹੋਇਆ ਏ ਕਿੰਨੇ ਕਿ ਦਿਨਾਂ ਬਾਅਦ ਕਿਹੜਾ ਮਾਰ ਜਾਂਦੇ ਮਾਛੂਵਾੜਾ ਸਾਹਿਬ ਭਰੀ ਪਈ ਆ 2 ਅਕਤੂਬਰ ਦਾ ਮੰਡੀ ਖੁੱਲੀ ਉਹਦੇ ਪਿੱਛੇ ਚੱਲਦਾ ਨੀ ਉਹਦੇ ਕੰਮ ਮੰਡੀ ਚੱਲਦੀ ਪਿੱਛੇ ਧਾਨ ਪਏ ਨੇ ਸਾਰੇ ਸਹੀ ਗੱਲ ਸਾਡੇ ਹਲੇ ਲੇਟ ਆਈ ਕੰਮ ਪਹਿਲੀ ਅਗਲਾ ਆਪਣੇ ਉਧਰ ਊਸ਼ਾ ਛਾਉਣੀ ਆ ਨਹੀਂ ਊਸ਼ਾ ਨਹੀਂ ਹੈ ਹਾਈਬ੍ਰਿਡ ਆ ਹੀ ਜ਼ਿਆਦਾ ਜਾਣੀ ਕਿ ਵੀ ਟਾਈਮ ਲਾਉਂਗੇ ਹਲੇ ਆ ਹਾਈਬ੍ਰਿਡ ਲਾਈ ਆ ਪਰਲੇ ਪਾਸੇ ਅਗਲਾ ਕਹਿੰਦਾ ਮੰਡੀਆਂ ਖੁੱਲ ਜਵੇ ਆ ਪਰਲੇ ਪਾਸੇ ਹਾਈਬ੍ਰਿਡ ਲੱਗੀ ਉਹਨੂੰ ਹਲਦੀ ਬਹੁਤ ਪੈ ਗਈ ਸਾਡੀ ਤੁਹਾਡੇ ਲਾਈ ਹੋਈ ਆ ਜੀ ਆ ਉਹਦੇ ਪਰਲੇ ਪਾਸੇ ਕਿਹੜੀ ਆ ਜੀ ਉਹ ਹਾਈਬ੍ਰਿਡ ਆ ਪਤਾ 301 ਤਾਂ ਨਹੀਂ ਪਤਾ ਨਹੀਂ ਉਹੀ ਨਵਾਂ ਆ ਉਹ ਗਿਰਦਾ ਬਹੁਤ ਆ ਜੀ ਉਹ ਵਧਿਆ ਹੀ ਤੇ ਬਾਕੀ ਇੱਧਰ ਆ ਬਾਈ ਜ਼ਮੀਨ ਉਹ ਦੇਖ ਲਓ ਸੜਕ ਤੇ ਉਹ ਸੜਕ ਆ ਸਾਹਮਣੇ ਤੇ ਉੱਥੇ ਜ਼ਮੀਨ ਸਟਾਰਟ ਹੋ ਜਾਂਦੀ ਬਾਈ ਆ ਮੋਟਰਾਂ ਦੇਖ ਲਓ 7.5 ਦੀਆਂ ਮੋਟਰਾਂ ਚੱਲਦੀਆਂ ਬਾਈ ਉਰੇ ਆਪਣੇ ਜਿੰਨੇ ਕੇ ਆ ਬੋਰ ਸਾਰੇ ਇੱਧਰ ਉਹ ਦੇਖ ਲਓ ਘਰ ਆ ਜਿੱਥੇ ਤੱਕ ਇੱਧਰ ਨੂੰ ਸ਼ੁਰੂ ਹੋ ਕੇ ਇਕੱਠਾ ਇੱਕ ਟੱਕ ਆ ਬਾਈ ਪੈਪ ਲਾਈਨ ਦੱਬੀ ਹੋਈ ਸਾਰੀ ਜ਼ਮੀਨ 'ਚ ਉਹ ਦੇਖ ਲਓ ਗੰਨਾ ਕਿੱਥੇ ਬਾਈ
ਉਹ ਕੰਡਾ ਤਾਰ ਘੁੰਮੀ ਹੋਈ ਚਾਰੇ ਪਾਸੇ, ਇੱਧਰ ਨੂੰ ਜ਼ਮੀਨ ਹੈ ਸਾਰੀ ਬਾਈ ਦੀ, ਇੱਕ ਟਾਕਾ ਬਾਈ। ਬਾਕੀ ਅੰਬ ਆ ਬਾਈ, ਤਕਰੀਬਨ ਸਾਨੂੰ ਹੋ ਗਏ ਡੇਢ ਦੋ ਘੰਟੇ ਬੈਠਿਆਂ ਨੂੰ ਗੱਲਾਂ ਬਾਤਾਂ। ਫਿਰ ਬਾਈ ਦਾ ਨੰਬਰ ਨਹੀਂ ਤਾਂ ਨੰਬਰ ਨਿਕਲ ਗਿਆ ਤਾਂ ਫਿਰ ਫੋਨ ਉੱਪਰ ਗੱਲ ਕਰੀ। ਬਾਈ ਕਹਿੰਦਾ ਬੈਠੋ ਚਾਹ ਪਾਣੀ ਪਿਲਾਇਆ ਬਾਈ ਨੇ ਇੱਧਰ। ਬਾਈ ਆਏ ਮਾਛੂਗੜ੍ਹ ਸਾਹਿਬ ਦਾ ਉਰੀ ਦਾ ਬਾਈ ਰੱਖਿਆ ਹੋਇਆ ਬਾਈ ਮੋਟਰ 'ਤੇ ਕੰਮ ਕਾਰ ਕਰਨੇ ਨੂੰ। ਅੰਬ ਆ ਬਾਈ ਛਾਵਾਂ ਐਨ ਪੂਰੀ ਪੂਰੀ। ਅਤੇ ਅਸੀਂ ਆਏ ਹੋਏ ਤੇ ਮਾਛੂਗੜ੍ਹ ਸਾਹਿਬ ਆਈ ਗਿਆ, ਮੈਂ ਯਾਦ ਆ ਗਿਆ ਵੀ ਬਾਈ ਨੂੰ ਚਲੋ ਮੈਂ ਵੀ ਮਿਲ ਕੇ ਜਾਈਏ ਵੀ ਨਾਲੇ ਆਪਾਂ ਮੋਟਰ ਅੱਗੇ ਗੱਲਬਾਤ ਹੁੰਦੀ ਸੀ। ਬਾਈ ਕਹਿੰਦਾ ਮਾਰ ਕੇ ਜਾਇਓ ਗੇੜਾ, ਅੱਗੇ ਟਾਈਮ ਨਹੀਂ ਲੱਗਿਆ ਬਸ ਜਦ ਲੱਗਣਾ ਬਾਈ ਜਦੇ ਲੱਗਣਾ ਟਾਈਮ। ਦੋ ਮੋਟਰ ਆ ਰਹੇ ਆ, ਦੋ ਉਹ ਸਾਹਮਣੇ ਆ ਉਹ। ਬਾਕੀ ਐਨ ਜ਼ਮੀਨ ਰੋਡ ਦੇ ਨਾਲ ਮਾਛੂਗੜ੍ਹ ਸਾਹਿਬ ਦੇ ਸ਼ਹਿਰ ਦੇ ਨਾਲੇ ਆ ਬਾਈ ਬਿਲਕੁਲ। ਪੂਰਾ ਡੇਰਾ ਵਧੀਆ ਬਣਾਇਆ ਹੋਇਆ ਬਾਈ, ਬੈਠਣੇ ਨੂੰ ਸਾਰਾ ਕੁਛ ਓਕੇ ਆ। ਜਾਣੀ ਕਿ ਸਾਡੇ ਸਾਡੀਆਂ ਜਾਂਦੀਆਂ ਬਾਈ ਮੋਟਰਾਂ ਦੀ, ਇੱਕ ਉੱਧਰ ਉਹ ਨਹਿਰ ਪੈ ਜਾਂਦੀ ਆ ਜਿਹੜੀ ਉੱਥੇ ਨੂੰ ਜਾਂਦੀ ਆ ਬਾਈ ਦਰਾਹੇ ਨੂੰ ਜਾਂਦੀਆਂ, ਉਹ ਨਹਿਰਾਂ ਦੇ ਲਾਗੇ ਬਸ। ਇੱਧਰ ਮਾਛੂਗੜ੍ਹ ਸਾਹਿਬ ਆ ਸਾਹਮਣੇ, ਸ਼ਹਿਰ ਦੇ ਵਿੱਚ ਆ ਜ਼ਮੀਨ ਤਾਂ ਜੀ ਆ। ਇੱਕ ਕਰੋੜ 80 ਲੱਖ ਰੁਪਏ ਰੇਟ ਆ ਕਿੱਲੇ ਦਾ, 2 ਕਰੋੜ ਦੇ ਨੇੜੇ ਤਾਂ 2 ਕਰੋੜ ਦੇ ਸ਼ਹਿਰ ਦੇ ਵਿੱਚ ਤਾਂ ਹੈ ਯਾਰ। ਆਰ ਫੈਕਟਰੀਆਂ ਦਾ ਆ ਗਿਆ ਕੁਆੜਾ ਲੁਧਿਆਣਾ ਵਿੱਚ ਦੇ ਵਿੱਚ ਤਾਂ ਹੈ। ਠੇਕਾ ਕੀ ਰੇਟ ਆਈ ਇੱਧਰ? ਇੱਥੇ ਆਪਣੇ 60 ਨੂੰ ਚੱਲਦਾ, 60 ਨੂੰ। ਤਿੰਨ ਫਸਲਾਂ ਪੱਕੀਆਂ ਕੱਢਣੀਆਂ ਕੱਢਣੀਆਂ ਬਾਈ, ਹੁਣ ਝੋਨਾ ਲਾਇਆ ਹੋਇਆ, ਇਹਦੇ ਬਾਅਦ ਆਲੂ, ਆਲੂ ਤੋਂ ਬਾਅਦ ਮੱਕੀ, ਫੇਰ ਝੋਨਾ। ਹਾਂ ਕਣਕ ਨਹੀਂ ਬਾਈ ਵੀ, ਕਣਕ ਜਮਾਂ ਹੀ ਨਹੀਂ ਬੀਜਦੇ, ਟੱਕਾ ਵੀ ਨਹੀਂ। ਅੱਛਾ ਜੀ, ਹਾਂ ਸਾਰਾ ਹੀ ਆਲੂ ਮੱਕੀ 35-40 ਕਿੱਲੇ ਸਾਰੇ ਬਾਈ ਨੇ ਉਹੀ ਲਾਉਣੇ ਆ। ਹਾਂ ਮਸ਼ੀਨ ਹੁੰਦੀ ਆ ਆਪਣੇ, ਕਪੈਨ ਆਉਂਦੀ ਇੱਥੇ ਪੱਕੀ। ਅੱਛਾ ਜੀ, ਹਾਂ ਬਹੁਤ ਵੜ ਜਾਂਦੀ ਆ, ਵੜ ਕੇ ਖੜਦੀ ਆ। ਠੀਕ ਹੈ, ਚਲੋ ਫੇਰ ਆਉਂਗੇ ਬਾਈ, ਆਉਂਗਾ ਕਿਤੇ ਫੇਰ ਮਿਲ ਕੇ ਜਾਉਂਗੇ। ਕਿਹੜਾ ਕੂੜਾ ਲੱਗਿਆ ਹਰਜਿੰਦਰ ਸਿੰਘ, ਕਿਆ ਨਾਮ ਆ ਪਤਾ ਨਹੀਂ, ਹਰਜਿੰਦਰ ਸਿੰਘ, ਹਰਜਿੰਦਰ ਸਿੰਘ ਬਾਈ ਆਉਂਗਾ, ਉਹਨੂੰ ਮਿਲਾਂਗੇ ਆਪਾਂ। ਹਨਾ, ਚੱਲੀਏ ਹੁਣ ਆਪਾਂ ਨੂੰ ਬਾਟ ਵੀ ਖਾਸੀ ਆ ਯਾਰ। ਹੋਰ ਕਾ 2 ਦਿਨ ਕੰਮ ਕਰਨਾ ਹੈ ਤੇ ਚਲ ਬਾਈ ਦੇ ਮੋਟਰਾਂ ਦੇ ਮੋਟਰ ਪਰ ਆ। ਚਲੋ ਵਧੀਆ, ਤੁਸੀਂ ਆ ਗਏ, ਹੁਣ ਟਿਕਾਣਾ ਪਤਾ ਲੱਗ ਗਿਆ ਸਾਨੂੰ, ਹੁਣ ਨਹੀਂ ਅਸੀਂ ਮਰਦੇ, ਪਹਿਲਾਂ ਤਾਂ ਨਹੀਂ ਮਰਲੇ। ਇਸ ਰਾਤ ਰੂਤ ਵੀ ਰਹਿਣਾ ਤਾਂ ਵੀ ਕੋਈ ਟੈਨਸ਼ਨ ਨਹੀਂ। ਨਾ ਨਾ, ਰਾਤ ਦਾ ਤਾਂ ਕੋਈ ਨਹੀਂ, ਰਾਤ ਦਾ ਸਵਾ ਸਵਾ ਨੂੰ ਰਹਿੰਦੇ, ਸਵਾ ਸਵਾ ਨੂੰ ਆਜ ਵੀ ਤਾਂ ਕਿ ਹਾਂ ਮਾਛੂਗੜ੍ਹ ਸਾਹਿਬ ਸਵਾ ਨੂੰ ਪੱਕੇ ਆਉਂਦੇ ਅਸੀਂ, ਫਿਰ ਅਸੀਂ ਚਲੇ ਜਾਂਦੇ ਘਰ ਨੂੰ। ਨਹੀਂ ਐਂ ਫਿਰ ਗੁਰਦੁਆਰੇ ਸਾਹਿਬ ਤੋਂ ਆਉਣਾ ਹੋਵੇ ਬੰਦੇ ਨੇ, ਜੇ ਮਰਜ਼ੀ ਬੰਦਾ ਆ ਕੇ। ਹਾਂ ਬਈ ਪੈਸਾ ਪੈਸਾ, ਬਾਕੀ ਡੇਰਾ ਬਹੁਤ ਵਧੀਆ ਬੈਠਣੇ ਨੂੰ ਹਨਾ, ਨਜ਼ਾਰਾ ਆ ਕੇ ਨਹਾ ਕੇ ਨਜ਼ਾਰਾ ਆ ਕੇ ਠੰਡਾ ਪਾਣੀ ਨਹਿਰ ਵਾਲਾ ਕੂਲਿੰਗ ਪੂਰਾ, ਏਸੀ ਲੱਗਿਆ ਬਾਈ ਨਜ਼ਾਰਾ, ਵਧੀਆ ਮੋਟਰ ਬਣਾਈ ਬਾਈ, ਵਧੀਆ ਚੜ੍ਹਦੀ ਕਲਾ ਰੱਖੇ ਮਹਾਰਾਜ ਬਾਈ, ਹੋਰ ਤੰਦਰੁਸਤੀਆਂ ਕੰਮ ਬਾਈ ਚੜ੍ਹਦਾ ਰੱਖੇ ਬਾਈ। ਬਾਈ ਉੱਥੇ ਪਿੰਡ ਵੀ ਆਲੂ ਜ਼ਿਆਦਾ ਲਾਉਂਦਾ ਹਨਾ, ਵਧੀਆ ਜਿਹੜਾ ਕੰਮ ਵਿੱਚ ਪੈ ਗਿਆ ਬਾਈ ਵਧੀਆ ਹੀ। ਮੈਂ ਕਿ ਮੈਂ ਨਹੀਂ ਬਾਈ ਦੇਖਿਆ ਕਦੇ, ਮੈਂ ਮਿਲਿਆ ਤਾਂ ਮੈਂ ਵੀ ਨਹੀਂ ਬਾਈ ਨੂੰ, ਬਾਈ ਨਹੀਂ ਮੈਂ ਵੀ ਨਹੀਂ ਮਿਲਿਆ ਬਾਈ, ਉਹ ਗੱਲ ਬਥੇਰੀ ਵਾਰੀ ਹੋਈ ਫੋਨ ਤੇ ਮਿਲਣਾ। ਯਕੀਨ ਨਹੀਂ ਮਿਲਣਾ ਜੇ ਤੁਸੀਂ ਆ ਵੀ ਗਏ ਇੱਥੇ। ਹਾਂਜੀ, ਜੇ ਹੁਣ ਚਾਹ ਪਾਣੀ ਪੀਣਾ ਤੁਹਾਨੂੰ ਐ ਨਹੀਂ ਵੀ ਚਾਹ ਸੁੱਕੀ ਪੀਣ ਦੇ, ਆ ਲੈ ਕੇ ਫੜ ਕੇ ਬਿੱਟੂ, ਆ ਲਿਆ ਫੜ ਕੇ, ਸਭ ਕੁਛ ਲਿਆ, ਕਿਆ ਖਾਣਾ ਪੀਣਾ ਮੈਂ ਕਹਿੰਦਾ ਤੁਸੀਂ ਯਕੀਨ ਨਹੀਂ ਮਿਲਣਾ, ਸੇਵਾ ਐ ਕਰਨੀ ਆ ਬਹੁਤ ਵਧੀਆ।
ਉਹੀ ਗੱਲ ਆ, ਕਿਆ ਲੈ ਕੇ ਜਾਣਾ, ਦਿਲ ਮਿਲਿਆਂ ਦੇ ਮੇਲੇ ਆ। ਹੁਣ ਤੇਰੇ ਨਾਲ ਦਿਲ ਮਿਲ ਗਿਆ ਸੀ, ਦਸ ਦੋ ਘੰਟੇ ਲਾ ਲੇ, ਨਹੀਂ ਅਗਲਾ ਇੱਕ ਮੋਟਰ ਪਕਾਉਣ ਨੀ ਦਿੰਦਾ ਬਾਈ, ਤੂੰ ਕਿੱਦਾਂ ਆਇਆ? ਉਹਨਾਂ ਮੈਨੂੰ ਸਪੈਸ਼ਲ ਕਹਿ ਕਹਿੰਦਾ ਵੀ ਚਾਹ ਪਲਾ ਬੰਦੇ ਨੂੰ। ਆਲੂ ਬੀਜੋ ਫਿਰ ਮਾਰੂਗੇ ਅਸੀਂ ਗੇੜਾ, ਹੈਨਾ? ਹਾਂ ਯਾਰ ਚੱਲਦੇ ਆ ਬਾਈ। ਹੁਣ ਲੋ ਜੀ ਬਾਈ, ਤੇ ਹੁਣ ਖੜੇ ਆਪਾਂ ਪਿੰਡ ਹੈਡੋਵੇਟ ਬਾਈ, ਇੱਧਰ ਮਿਸਤਰੀ ਜਿੱਦੋਂ ਬਾਈ ਤੇ ਜਹਾਜ਼ ਬਣਾਉਣਾ ਬਾਈ ਵੀ ਕਰਦੀ ਫਿਰ ਮਹੀਨੇ ਦੇ ਵਿੱਚ ਵਿੱਚ। ਹਾਂ ਹਾਂ ਇੱਕ ਮਹੀਨੇ ਤੀਹ ਨੂੰ ਕਰਦੀ, ਇਕੱਤੀ ਨੂੰ ਕਰਦੀ, ਇਕੱਤੀ ਤਰੀਕ ਦੀ ਦੀਵਾਲੀ ਆ। ਜੇ ਪਹਿਲਾਂ ਬਣਦਾ ਹੋਇਆ ਪਹਿਲਾਂ ਦੇਖਦਾ ਹੋਇਆ ਪਹਿਲਾਂ ਵਜੇ। ਹਾਂਜੀ ਹਾਂਜੀ ਆਪਾਂ ਨੇ ਫਿਰ ਰੰਗ ਰੁੰਗ ਵੀ ਕਰਾਉਣਾ ਬਾਬੇ, ਪਹਿਲਾਂ ਚਾਹੀਦਾ ਦਸ ਪੰਦਰਾਂ ਪਹਿਲਾਂ ਕੰਮ ਕਰਦੇ। ਠੀਕ ਆ ਵੀਰੇ, ਧੰਨਵਾਦ ਨਾ ਜੀ, ਮਿਹਰਬਾਨੀ। ਓਕੇ ਹੁਣ ਤੀਜਾ ਚੌਥਾ ਗੇੜਾ ਦੱਸ ਗਿਆ, ਚੱਲ ਨਵੇੜੀ ਯਾਰ। ਹਾਂ ਨਵੇੜਦੀ ਆ, ਪੱਕਾ ਕੰਮ ਹੋ ਗਿਆ, ਹੁਣ ਆਪਣਾ ਸਮਾਨ ਲਿਆ। ਠੀਕ ਨੀ, ਹਾਂ ਉਹ ਤੇਰੀ ਆ ਬਾਈ, ਕਾਲੀ ਦਾ ਕਾਲਾ ਬਾਈ ਦਾ ਨਾਂ, ਹਨਾ? ਪਿੰਡ ਹੈਡੋ ਹੀ ਆ ਜੀ? ਅੱਛਾ ਦੁਕਾਨ ਹੋ ਰਹੀ, ਦੁਕਾਨ ਹੈਡੋ ਬੇਟਾ ਬਾਈ। ਚੱਲਦੇ ਆ ਬਾਈ, ਹੋ ਗਿਆ ਹਨੇਰਾ ਤਕਰੀਬਨ ਸਾਨੂੰ ਵੀ।